ਉਹਨਾਂ ਦਾ ਕੀ ਕਹਿਣਾ ਉਹਨਾਂ ਨੂੰ ਰੋਣੇ ਆ ਸ਼ੁਬਾਜੇ ਨੂੰ ਨਹੀਂ ਸ਼ੁਬਾਸ਼ ਸ਼ਰੀਫ ਕਿੱਥੋਂ ਹੋ ਗਿਆ ਸ਼ੁਬਾਜਾ ਕੁੱਤਾ ਏ ਕੇ ਉਹਨੂੰ ਹੈ ਹੀ ਕੋਈ ਨਹੀਂ ਬਿਮਾਰੀ ਤੇ ਉਹ ਖੋਤ ਬਿਮਾਰੀ ਹੈ ਵੱਡੀ ਬਿਮਾਰੀ ਹੈ ਪਾਕਿਸਤਾਨ ਨੂੰ ਖਾਛੜਿਆ ਨੇ ਟੁੱਟ ਪਏ ਨੇ ਇਹਨਾਂ ਦਾ ਰੇ ਤੀਲਾ ਨਾ ਨਵਾਸ਼ ਸ਼ਰੀਫ ਸ਼ੁਬਾਸ਼ ਸ਼ਰੀਫ ਹਮਜ਼ਾ ਸਾਰੇ ਟੋਟੇ ਨੇ ਦੀਨ ਤੇ ਉਹਨੇ ਸਾਰਾ ਛੱਡ ਦਿੱਤਾ ਹੈ ਤੇ ਦੀਨ ਉਹਦੇ ਵਿੱਚ ਇੱਕ ਮਾਸਾ ਰਤੀ ਦੀਨ ਦੀ ਨਹੀਂ ਕਲਮਾ ਹੋਰੇ ਕਿਵੇਂ ਪੜ ਲੈਂਦਾ ਕਾਫਰ ਉਹ ਕਾਫਰ ਏ ਮੁੱਲਾਣਾ ਨਹੀਂ ਮੌਲਾਣਾ ਨਹੀਂ ਕਾਫਰ ਏ ਤੇ ਤੂੰ ਹੀ ਖਾਨ ਸਾਹਿਬ ਨੂੰ سپورਟ ਕਰਦੇ ਨਵਾਸ਼ਰੀ ਨੂੰ ਹਾਂ ਸਾਹਿਬ ਨੂੰ ਕਿ ਨਵਾਸ਼ਰੀ ਨੂੰ ਰੋਣਾ ਬੈਠਾ ਜਿਹੜਾ ਅਪੀ ਲੰਦਨ ਬੈਠਾ ਹੈ ਮਰ ਜਾਣਾ ਟੋਟਾ ਇਧਰ ਇੱਕ ਅੱਖ ਨਾ ਨਵਾਸ਼ਰੀ ਵੀ ਰੋਣਾ ਬੇਲੇ ਇਨੇ ਕੱਲ ਦਾ ਟੁੱਟ ਪੈਣਾ ਉਹ ਜਦੋਂ ইমরান ਹਾਂ ਗਿਆ ਤੇ ਮਰੀਮ ਆਂਦੀ ਕਿ ਆਓ ਜਹਾਜ਼ ਤੇ ਬਹੁਤ ਚਲੀਏ ਪੁਰਾਣੇ ਪਾਕਿਸਤਾਨ ਪੁਰਾਣਾ ਪਾਕਿਸਤਾਨ ਤੇਲ ਵੀ ਮਹਿੰਗਾ ਕਰ ਦਿੱਤਾ ਕਿਉਂ ਵੀ ਮਹਿੰਗਾ ਕਰ ਦਿੱਤਾ ਜਿੰਨਾ ਹਜ਼ਾਰ ਰੁਪਏ ਦੀ ਦਿਹਾੜੀ ਲਾਣੀ ਹੈ ਉਹਨਾਂ ਪਟਰੋਲ ਵੀ ਪੁਆਣਾ 250 ਦਾ ਪਟਰੋਲ ਪਵਾ ਕੇ ਤੇ ਬੰਗਰੋ ਇਹਨਾਂ ਦੀ ਜਾਨ ਨੂੰ ਰੋਹਦੇ ਜਿਨ੍ਹਾਂ ਦੇ 6-7 ਬੱਚੇ ਨੇ ਇਹ ਪੁਰਾਣੇ ਪਾਕਿਸਤਾਨ ਲਈ ਆਈਏ ਇਹਨਾਂ ਲੋਟੀਆਂ ਨੂੰ ਫੇਰ ਬੰਦਾ ਦੱਸੇ ਕਿਹੜੇ ਲੋਟੀਆਂ ਐ ਜਿਹੜੇ ਨੂੰ ਆਸ਼ਰੀਫ ਤੇ ਸ਼ਬਾਹ ਸ਼ਰੀਫ ਤੇ ਹਮਜ਼ਾ ਸ਼ਬਾਜ਼ ਆ ਜੜੀ ਕੁਕੜੀਆਂ ਚੁਕੜੀਆਂ ਨੇ ਐ ਸਾਰੀਆਂ ਲਾਲ ਹੋਣੀਆਂ ਨੇ ਠੀਕ ਹੈ ਹਾਂ ਇਹ ਕਾਇਦ ਲਾਲ ਹੋਣੀਆਂ ਨੇ ਨਾਨੀਆਂ ਕਰਤੂਤਾ ਹੀ ਐਂ ਜਿੰਦੀਆਂ ਨੇ ਆ ਤੇ ਆਵਾਮ ਦੇ ਸਾਹਮਣੇ ਆਉਣ ਸਾਡੇ ਸਾਹਮਣੇ ਆਉਣ ਅਸੀਂ ਜੁੱਤੀਆਂ ਮਾਰ ਮਾਰ ਹੋਰ ਗੰਜੇ ਘੜ ਚੜੀਏ ਜਿੰਨਾ ਕੋ ਇਹਨਾਂ ਨੇ ਜ਼ਲੀਲ ਕੀਤਾ ਗਰੀਬ ਲੋਕ ਘੁੰਡੈ ਨੇ ਸੜਕਾਂ ਤੇ ਇਹਨਾਂ ਨੂੰ ਇਹਨਾਂ ਦੀ ਜਾਨ ਨੂੰ ਇਹ ਕਪੜੇ ਆਂਦੇ ਸਨ ਅਸੀਂ ਕਪੜੇ ਵੀ ਚੰਗੇ ਐ ਤੇ ਲੋਕਾਂ ਦੇ ਵਿੱਚ ਦੇਣੇ ਬਲ ਲਾ ਕੇ ਅੰਨਾ ਨੇ ਆਪਣੇ ਵੇਚਨੇ ਕੌਮ ਦੇ ਖਾਦਮ ਆ ਹੀ ਹਾਂ ਖਾਦਮ ਉਹ ਵੇਖ ਲਿਆ ਕੌਮ ਨੇ ਹੁਣ ਤਾਂ ਕੌਮ ਦੇ ਢਾਈ ਚੜਨਾਂ ਤੇ ਕੌਮ ਨੇ ਕੱਖ ਨਹੀਂ ਛੱਡਣਾ ਇਹਨਾਂ ਦਾ ਠੀਕ ਹੈ ਕਿਉਂ ਨਹੀਂ ਛੱਡਣਾ ਇੰਨੀ ਖਿਦਮਤ ਕਰਕੇ ਵੀ ਨਹੀਂ ਛੱਡਣਾ ਕਿਹੜੀ ਖਿਦਮਤ ਕੀਤੀ ਨੇ ਜੋ ਉਹਨੇ ਪਿੱਛੇ ਕੀਤੀ ਤੇ ਉਹਨਾਂ ਜਿੰਨਾ ਕੋ ਖਾਦਾ ਉਹ ਖਿਦਮਤ ਤੋਂ ਬਾਹਰ ਹੋ ਗਿਆ ਠੀਕ ਹੈ ਹਾਂ ਇੰਨੀ ਉਹਨਾਂ ਨੇ ਦੌਲਤ ਖਾ ਲਈ ਉਹ ਬਾਹਰ ਇੱਕ ਪਾਪਾ ਗਰੀਬ ਹੈ ਇੱਕ ਪਾਪਾ ਅਮੀਰ ਹੈ ਔਰ ਇੱਕ ਗਰੀਬ ਹੈ ਜੇ ਖੁਦ ਦੇਖ ਲੈਣ ਕਿ ਮੇਰੇ ਪਾਪਾ ਕੀ ਕੋਈ ਜਾਇਦਾਦ ਨਹੀਂ ਮੇਰਾ ਵਾਲਾ ਜੋ ਹੈ ਗਰੀਬ ਕਿਸਾਨ ਥਾ ਹਾਂਜੀ ਤਾਂ ਦੂਸਰਾ ਕਹਿ ਰਿਹਾ ਕਿ ਮੇਰੇ ਪਾਪਾ ਕੇ ਤੋ ਕਰੋੜੋਂ ਕੇ ਅਰਬੋਂ ਕੀ ਜਾਇਦਾਦਾਂ ଥି ਸੀ ਅਬ ਹੁਦੀ ਦੇਖ ਲੈਣ ਆਪ ਠੀਕ ਹੈ ਐਸਾ ਬਿਲਕੁਲ ਜਿਹੜੇ ਆ ਰਹੇ ਉਹਨਾਂ ਦਾ ਕੀ ਕਹੋਗੇ ਉਹਨਾਂ ਦਾ ਕੀ ਕਹਿਣਾ ਉਹਨਾਂ ਨੂੰ ਰੋਣੇ ਆ ਪੇ ਕਿਨਾਂ ਨੂੰ ਸੁਬਾਜੇ ਨੂੰ ਸੁਬਾਸ਼ ਰੀਫ ਨਹੀਂ ਸੁਬਾਸ਼ ਰੀਫ ਕਿਤੋਂ ਹੋ ਗਿਆ ਸਵਾਜਾ ਕੁੱਤਾ ਹੈ ਕੇ ਸੁਬਾਸ਼ ਰੀਫ ਹੈ ਨਹੀਂ ਸ਼ੁਭਾ ਜਾਨੀ ਸ਼ੁਭਾ ਸ਼ਰੀਫ ਨਹੀਂ ਸ਼ੁਭਾ ਜਾਏ ਨਵਾਸ਼ ਸ਼ਰੀਫ ਨਵਾਸ਼ ਸ਼ਰੀਫ ਉਹ ਇੱਥੇ ਹੈ ਨਹੀਂ ਉਹ ਵੀ ਹੁੰਦਾ ਤੇ ਉਹਦੇ ਇਲਾਜ ਕਰਾਨ ਗਿਆ ਹੈ ਬਿਮਾਰੀ ਉਹਨੂੰ ਹੈ ਕੋਈ ਨਹੀਂ ਬਿਮਾਰੀ ਤੇ ਉਹ ਖੋਤ ਬਿਮਾਰੀ ਹੈ ਵੱਡੀ ਬਿਮਾਰੀ ਹੈ ਪਾਕਿਸਤਾਨ ਨੂੰ ਖਾ ਚੜਿਆ ਨੇ ਟੁੱਟ ਪਏ ਨੇ ਇਹਨਾਂ ਦਾ ਰੇ ਤੇਲਾ ਨਾ ਨਵਾਸ਼ ਸ਼ਰੀਫ ਦੀ ਗੱਲ ਕਰਦੇ ਨਵਾਸ਼ ਸ਼ਰੀਫ ਸ਼ੁਭਾ ਸ਼ਰੀਫ ਹਮਜ਼ਾ ਸਾਰੇ ਟੋਟੇ ਨੇ ਤੇ ਜ਼ਰਦਾਰੀ ਸਾਹਿਬ ਤੇ ਠੀਕ ਹੋ ਹਾਂ ਜ਼ਰਦਾਰੀ ਮਾਰ ਜਾਣਾ ਨਸ ਗਿਆ ਸੀ ਦਵਾਈ ਦੇ ਦਾਦੇ ਹੁਣ ਇੱਥੇ ਬੈਠਾ ਹੋਇਆ ਤੇ ਇੱਕ ਜ਼ਰਦਾਰੀ ਨੇ ਕਿਵੇਂ ਸਾਰਾ ਪੀਟੀਆਈ ਨਾ ਹਾਂ ਵੇਖਾਂ ਆਏ ਹਾਂ ਮੈਦਾਨ ਵਿੱਚ ਆਏ ਫਿਰ ਇਹਨਾਂ ਨੂੰ ਪਤਾ ਲੱਗੇ ਦਾ ਮੈਂ ਕਹਿ ਰਹੀ ਹਾਂ ਇਤਨਾ ਡਾਰੇ Imran Khan ਕੇ ਲੋਟੇ ਖਰੀਦ ਕੇ ਤੋਂ ਇਹ ਇਲੈਕਸ਼ਨ ਜੀ ਕੇ ਲਈ ਆ ਰਹੇ ਹਨ ਲੇਕਿਨ ਫਿਰ ਵੀ ਨਹੀਂ ਜਿੱਤेंगे ਹਮੇਸ਼ਾ ਉਹ ਤਾਂ ਆਪਨੇ ਵੀ ਸਾਰੀ ਜਮਾਤੋਂ ਸੇ ਲੋਟੇ ਇਕੱਠੇ ਕੀਏ ਪੀਟੀਆਈ ਤੋਂ ਹਮਾਰੇ ਚਲੇਗੇ ਨਾ اللہ نے یا انصاف کیا ہے نا اللہ نے سب کا پردہ جو فاش کر دیا ہے کہ کون اپ کے ساتھ ہے اور کون اپ کے ساتھ نہیں ہے ٹھیک ہے انصاف پہ کے ہاں بالکل صحیح بات ہے ہاں صاحب اکھتے ہیں انشاءاللہ تے مولانا فضل الرحمن دے بارے کیہ کو تو پتہ دیلی بندے لے اور دینی بندے دین تے انہیں سارا چھڈ دیتا ہے تے دین اودے وچ ایک ماسا رتی دین دین کلمہ ہور کیویں پڑھ لیندا کافر ਉਹ ਕਾਫਰ ਹੈ ਮੋ ਮੁੱਲਾਣਾ ਨਹੀਂ ਮੋਲਾਣਾ ਨਹੀਂ ਕਾਫਰ ਹੈ ਤੇ ਮੋਲਾਣਾ ਤੁਸ ਬਹੁਤ ਲੱਗਦਾ ਮਯੂਸ ਹੋਏ ਤੁਸੀਂ ਤੇ ਹਕੂਮਤ ਹਾਂ ਬੜੇ ਅਸੀਂ ਤਾਂ ਤੰਗ ਆਏ ਪਏ ਆ ਇਨਾਂ ਤੋਂ ਠੀਕ ਹੈ ਉਹ ਤੇ Imran Khan ਦੀ ਸਿਆਸਤ ਖਤਮ ਕਰਛਣੀ ਹੋਣੀ ਕਿੰਨਾ ਨੇ ਪੀਡੀਐਮ ਉਹ ਨਹੀਂ ਹੁੰਦੀ ਨਹੀਂ ਹੁੰਦੀ Imran Khan ਦੀ ਨਹੀਂ ਹੁੰਦੀ ਇਨਾਂ ਨੇ ਖਾ ਜਾ ਸਭ ਤੋਂ ਬੜਾ ਨਾਮ ਜਿਹੜੇ ਬਜਦਾ ਇੱਕ ਬੜੇ ਕੰਮ ਕਰਾਏ ਨੇ ਫਰਦੰਦੇ ਸਿਆਲਕੋਟ ਕਹਿੰਦੇ ਹਾਂ ਗੱਲ ਸਹੀ ਹੈ ਹਾਂਜੀ ਸਹੀ ਹੈ ਹਾਂਜੀ ਸਹੀ ਕੰਮ ਕਰਾਏ ਹਾਂਜੀ ਸਹੀ ਉਹ ਵੀ ਹਾਂ ਤੇ ਤੂੰ ਹੀ ਖਾਂ ਸਾਹਿਬ ਨੂੰ سپورਟ ਕਰਦੇ ਨਵਾਸ਼ਰੀਬ ਨੂੰ ਹਾਂ ਸਾਹਿਬ ਨੂੰ ਕਿ ਨਵਾਸ਼ਰੀਬ ਨੂੰ ਰੋਣਾ ਬੈਠਾ ਜਿਹੜਾ ਅਸੀਂ ਲੰਡਨ ਬੈਠਾ ਮਰ ਜਾਣਾ ਟੋਟਾ ਇਹਦਾ ਇੱਕ ਅੱਖਣਾ ਹਾਂ ਇਹਨੂੰ ਨਵਾਸ਼ਰੀਬ ਨਹੀਂ ਹਰੋਣਾ ਬੇਲੇ ਨੇ ਕੱਲ ਦਾ ਟੁੱਟ ਪੈਣਾ ਹਾਂ ਠੀਕ ਹੈ ਇਹ ਕੱਲਾ ਹੀ ਜਾਂਦੇ ਨੇ ਜਿਹਨੂੰ ਅਹਿਸਾਸ ਹੈ ਉਹ ਨਵਾਸ਼ਰੀਬ ਹੈ ਕੌਣ ਕੌਮ ਦਾ ਕੋਈ ਵੀ ਨਹੀਂ ਅੱਜ ਤੱਕ ਜਿੰਨੇ ਕੀਤਾ ਉਹਨੂੰ ਇਹ ਸਾਰੇ ਚੋਰ ਨੇ ਇਹ ਜਾਨ ਦੇ ਤੇ ਮੁਲਕ ਦੇ ਵਿੱਚ ਸਕੂਨ ਆਏ ਦਾ ਇਮਰਾਨ ਹਾਂ ਤੇ ਇਮਰਾਨ ਹਾਂ ਆਏ ਦਾ ਤੇ ਉਹ ਜਦੋਂ ਇਮਰਾਨ ਹਾਂ ਗਿਆ ਤੇ ਉਹ ਮਰੀਮ ਆਂਦੀ ਕੇ ਆਓ ਜਹਾਜ਼ ਤੇ ਬਹੁਤ ਚਲੀਏ ਪੁਰਾਣੇ ਪਾਕਿਸਤਾਨ ਪੁਰਾਣਾ ਪਾਕਿਸਤਾਨ ਨੇ ਤੇਲ ਵੀ ਮਹਿੰਗਾ ਕਰ ਦਿੱਤਾ ਕਿ ਉਹ ਵੀ ਮਹਿੰਗਾ ਕਰ ਦਿੱਤਾ ਜਿੰਨਾ ਹਜ਼ਾਰ ਰੁਪਏ ਦੀ ਦਿਹਾੜੀ ਲਾਣੀ ਹੈ ਉਹਨਾਂ ਪੈਟਰੋਲ ਵੀ ਪਵਾਣਾ ਹੈ 250 ਦਾ ਪੈਟਰੋਲ ਪਵਾ ਕੇ ਤੇ ਬੰਗਰੋ ਇਹਨਾਂ ਦੀ ਜਾਨ ਨੂੰ ਰੋਂਦੇ ਜਿਨ੍ਹਾਂ ਦੇ 6-7 ਬੱਚੇ ਨੇ ਖਾਣ ਵਾਲੇ ਉਹ ਉਹ ਕੀ ਕਰਨਗੇ ਆਟਾ ਲਿਆਏ ਦਾ ਕੋਈ ਚੋਲ ਲਿਆਏ ਦਾ ਕੋਈ ਕਿਉਂ ਲਿਆਏ ਦਾ ਕੀ ਕਰੇਗਾ ਬਿਲਕੁਲ ਸਹੀ ਗੱਲ ਇਹ ਪੁਰਾਣੇ ਪਾਕਿਸਤਾਨ ਲਿਆਈਏ ਪੁਰਾਣਾ ਪਾਕਿਸਤਾਨ ਹੀ ਹੋਣਾ ਚਾਹੀਦਾ ਨਹੀਂ ਸਾਨੂੰ ਨਹੀਂ ਹੋਇ ਚਾਹੀਦਾ ਸਾਨੂੰ ਮਹਰਾਨਾ ਚਾਹੀਦਾ ਬਸ ਸਹੀ ਹੈ ਬਸ ਸਹੀ ਹੈ ਮਿਹਰਬਾਨੀ